ਹਬੋਰ ਤੋਂ ਫਾਜ਼ਿਲਕਾ ਰੋਡ 'ਤੇ ਡੰਗਰ ਖੇੜੇ ਦੇ ਨਜ਼ਦੀਕ ਇੱਕ ਲੱਕੜਾਂ ਦੀ ਭਰੀ ਟਰਾਲੀ ਅਤੇ ਕਾਰ ਦਾ ਐਕਸੀਡੈਂਟ ਹੋਣ ਕਾਰਨ ਟਰਾਲਾ ਲੱਕੜਾਂ ਦਾ ਭਰਿਆ ਸੜਕ 'ਤੇ ਪਲਟ ਗਿਆ, ਜਿਹਦੇ ਕਾਰਨ ਇੱਕ ਕਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਲੇਕਿਨ ਜਾਨ ਮਾਲ ਤੋਂ ਬਚੇ ਹੋਏ ਸਾਰੇ ਜੀ। ਤਲਾ ਹੀ ਦਿੱਤਾ ਸੀ ਕਿ ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਜਗਦੇਵ ਹੈ ਜੀ। ਠੀਕ ਹੈ, ਡੰਗਰ ਖੇੜੇ ਤੋਂ ਰਹਿਣ ਵਾਲਾ ਜੀ। ਠੀਕ ਹੈ, ਅਤੇ ਅੱਜ ਜਿਵੇਂ ਸ਼ਾਮ ਲਗਭਗ ਹੁਣ 7:45 ਹਾਦਸਾ ਹੋਇਆ ਜੀ ਆਪਣੇ ਡੰਗਰ ਖੇੜੇ ਨਾਲ, ਹਿੰਦ ਟਾਇਲ ਫੈਕਟਰੀ ਨਾਲ ਜੀ। ਠੀਕ ਹੈ, ਇੱਥੇ ਜਿਵੇਂ ਇੱਕ ਲੱਕੜਾਂ ਦਾ ਭਰਿਆ ਟਰਾਲਾ ਸੀ, ਕਿਨੂਆਂ ਦਾ ਜਿਹੜਾ ਬਾਲਣ ਸੀ, ਇੱਕ ਕਾਰ ਜਾ ਰਹੀ ਸੀ ਜੀ। ਠੀਕ ਹੈ, ਕਾਰ ਨੂੰ ਇੱਕ ਦੂਜੇ ਓਵਰਟੇਕ ਕਰ ਰਹੇ ਸੀ, ਲੇਕਿਨ ਇਹ ਟਰਾਲਾ ਕੁਦਰਤੀ ਗਲਤੀ ਕਾਰਨ ਜਾਂ ਕਿਵੇਂ ਵੀ ਹੋਇਆ ਜੀ, ਰੋਡ ਕੰਜਸਟਡ ਹੈ, ਥੋੜ੍ਹਾ ਟ੍ਰੈਫਿਕ ਜ਼ਿਆਦਾ ਸੀ, ਇਹਦੇ ਕਾਰਨ ਥੋੜ੍ਹਾ ਰੋਡ 'ਤੇ ਮਤਲਬ ਟਰਾਲਾ ਪਲਟ ਗਿਆ ਜੀ। ਠੀਕ ਹੈ, ਥੋੜ੍ਹੀ ਆਮ ਪਬਲਿਕ ਦੇ ਹਿਸਾਬ ਨਾਲ, ਆਮ ਪਬਲਿਕ ਦੀ ਸਹਾਇਤਾ ਨਾਲ ਅਤੇ ਕੁਛ ਇਹ ਜਿਹੜੀ ਕਿੰਨੂ ਤੁੜਾਈ ਦੀ ਜਿਹੜੀ ਲੇਬਰ ਚੱਲੀ ਉਹਨਾਂ ਹਿਸਾਬ ਨਾਲ ਜਿਹੜੇ ਸਹਾਇਤਾ ਲੈ ਕੇ ਅਤੇ ਇਹਨੂੰ ਰੋਡ ਨੂੰ ਖਾਲੀ ਕਰਾਇਆ ਗਿਆ। ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੋ ਗਿਆ ਸੀ, ਕਿਉਂਕਿ ਰੋਡ ਬਹੁਤ ਜ਼ਿਆਦਾ ਕੰਜਸਟਡ ਹੈ ਜੀ, ਭੀੜਾ ਰੋਡ ਹੈ ਜੀ, 4 ਲਾਈਨ ਦੀ ਅਪਰੂਵਲ ਤਾਂ ਆਈ ਹੋਈ ਹੈ ਜੀ, ਲੇਕਿਨ ਜਿਵੇਂ ਵੀ ਇਹ ਹੱਲ ਹੋਏਗਾ, ਕਾਫੀ ਹਾਦਸੇ ਕਰੀਦ ਹੁੰਦੇ ਰਹਿੰਦੇ ਆ ਜੀ। ਕੋਈ ਜ਼ਖਮੀ ਤਾਂ ਨਹੀਂ ਹੋਇਆ? ਜ਼ਖਮੀ ਨਹੀਂ ਹੋਇਆ ਜੀ, ਲੇਕਿਨ ਇਹਨਾਂ ਟਰਾਲੀ ਚਾਲਕ ਅਤੇ ਜਿਹੜਾ ਕਾਰ ਚਾਲਕ ਸੀ, ਇਹਨਾਂ ਦੋਵਾਂ ਦਾ ਆਪਸੀ ਸਹਿਮਤੀ ਕਾਰਨ, ਮਤਲਬ ਇਹਨਾਂ ਦੋਵਾਂ ਦਾ ਆਪਸੀ 'ਤੇ ਕੰਪਰੋਮਾਈਜ਼ ਹੋ ਗਿਆ ਜੀ। ਮੌਕੇ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਵੀ ਆ ਗਏ ਸੀ ਜੀ ਅਧਿਕਾਰੀ, ਅਤੇ ਬਾਕੀ ਜਾਨ ਮਾਲ ਤੋਂ ਬਚਤ ਹੈ ਜੀ, ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਵੀ, ਜਾਨ ਮਾਲ ਦੀ ਬਚਤ ਹੈ ਜੀ। ਠੀਕ, ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਜਗਦੇਵ ਹੈ ਜੀ। ਠੀਕ ਹੈ, ਡੰਗਰ ਖੇੜੇ ਤੋਂ ਰਹਿਣ ਵਾਲਾ ਜੀ। ਠੀਕ ਹੈ, ਅਤੇ ਅੱਜ ਜਿਵੇਂ ਸ਼ਾਮ ਲਗਭਗ ਹੁਣ 7:45 ਹਾਦਸਾ ਹੋਇਆ ਜੀ ਆਪਣੇ ਡੰਗਰ ਖੇੜੇ ਨਾਲ, ਹਿੰਦ ਟਾਇਲ ਫੈਕਟਰੀ ਨਾਲ ਜੀ। ਠੀਕ ਹੈ, ਇੱਥੇ ਜਿਵੇਂ ਇੱਕ ਲੱਕੜਾਂ ਦਾ ਭਰਿਆ ਟਰਾਲਾ ਸੀ, ਕਿਨੂਆਂ ਦਾ ਜਿਹੜਾ ਬਾਲਣ ਸੀ, ਇੱਕ ਕਾਰ ਜਾ ਰਹੀ ਸੀ ਜੀ। ਠੀਕ ਹੈ, ਕਾਰ ਨੂੰ ਇੱਕ ਦੂਜੇ ਓਵਰਟੇਕ ਕਰ ਰਹੇ ਸੀ, ਲੇਕਿਨ ਇਹ ਟਰਾਲਾ ਕੁਦਰਤੀ ਗਲਤੀ ਕਾਰਨ ਜਾਂ ਕਿਵੇਂ ਵੀ ਹੋਇਆ ਜੀ, ਰੋਡ ਕੰਜਸਟਡ ਹੈ, ਥੋੜ੍ਹਾ ਟ੍ਰੈਫਿਕ ਜ਼ਿਆਦਾ ਸੀ, ਇਹਦੇ ਕਾਰਨ ਥੋੜ੍ਹਾ ਰੋਡ 'ਤੇ ਮਤਲਬ ਟਰਾਲਾ ਪਲਟ ਗਿਆ ਜੀ। ਠੀਕ ਹੈ, ਥੋੜ੍ਹੀ ਆਮ ਪਬਲਿਕ ਦੇ ਹਿਸਾਬ ਨਾਲ, ਆਮ ਪਬਲਿਕ ਦੀ ਸਹਾਇਤਾ ਨਾਲ ਅਤੇ ਕੁਛ ਇਹ ਜਿਹੜੀ ਕਿਨੂ ਤੁੜਾਈ ਦੀ ਜਿਹੜੀ ਲੇਬਰ ਚੱਲੀ ਉਹਨਾਂ ਹਿਸਾਬ ਨਾਲ ਜਿਹੜੇ ਸਹਾਇਤਾ ਲੈ ਕੇ ਅਤੇ ਇਹਨੂੰ ਰੋਡ ਨੂੰ ਖਾਲੀ ਕਰਾਇਆ ਗਿਆ। ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੋ ਗਿਆ ਸੀ, ਕਿਉਂਕਿ ਰੋਡ ਬਹੁਤ ਜ਼ਿਆਦਾ ਕੰਜਸਟਡ ਹੈ ਜੀ, ਭੀੜਾ ਰੋਡ ਹੈ ਜੀ, 4 ਲਾਈਨ ਦੀ ਅਪਰੂਵਲ ਤਾਂ ਆਈ ਹੋਈ ਹੈ ਜੀ, ਲੇਕਿਨ ਜਿਵੇਂ ਵੀ ਇਹ ਹੱਲ ਹੋਏਗਾ, ਕਾਫੀ ਹਾਦਸੇ ਕਰੀਦ ਹੁੰਦੇ ਰਹਿੰਦੇ ਆ ਜੀ। ਕੋਈ ਜ਼ਖਮੀ ਤਾਂ ਨਹੀਂ ਹੋਇਆ? ਜ਼ਖਮੀ ਨਹੀਂ ਹੋਇਆ ਜੀ, ਲੇਕਿਨ ਇਹਨਾਂ ਟਰਾਲੀ ਚਾਲਕ ਅਤੇ ਜਿਹੜਾ ਕਾਰ ਚਾਲਕ ਸੀ, ਇਹਨਾਂ ਦੋਵਾਂ ਦਾ ਆਪਸੀ ਸਹਿਮਤੀ ਕਾਰਨ, ਮਤਲਬ ਇਹਨਾਂ ਦੋਵਾਂ ਦਾ ਆਪਸੀ 'ਤੇ ਕੰਪਰੋਮਾਈਜ਼ ਹੋ ਗਿਆ ਜੀ। ਮੌਕੇ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਵੀ ਆ ਗਏ ਸੀ ਜੀ ਅਧਿਕਾਰੀ, ਅਤੇ ਬਾਕੀ ਜਾਨ ਮਾਲ ਤੋਂ ਬਚਤ ਹੈ ਜੀ, ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਵੀ, ਜਾਨ ਮਾਲ ਦੀ ਬਚਤ ਹੈ ਜੀ। ਠੀਕ ਹੈ।